ਹੈਲੋ एवरीवन, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 11ਵੀਂ ਕਲਾਸੀ ਪੰਜਾਬੀ ਦੀ ਕਿਤਾਬ ਲਾਜ਼ਮੀ ਪੰਜਾਬੀ, ਤੇ ਉਹਦੇ ਵਿੱਚ ਘੋੜੀਆਂ ਭਾਗ ਵਿੱਚੋਂ ਦੂਜੀ ਘੋੜੀ ਜਿਹੜੀ ਹੈਗੀ ਹੈ ਉਹਦੇ ਬਾਰੇ ਆਪਾਂ ਪੜ੍ਹਾਂਗੇ। ਮੈਂ ਬਲੇਹਾਰੀ ਵੇ ਮਾਂ ਦੀਆਂ ਸੁਰਜਣਾ, ਤੇ ਪਹਿਲਾਂ ਇਹਦੇ ਅਰਥ ਸਮਝਾਂਗੇ, ਫਿਰ ਪ੍ਰਸ਼ਨ ਉੱਤਰ ਬਾਰੇ ਚਰਚਾ ਕਰਾਂਗੇ। ਘੋੜੀ ਤੇਰੀ ਵੇ ਮੱਲਾ ਸੋਹਣੀ, ਸੋਹਣੀ ਸੋਂਦੀ ਕਾਠੀਆਂ ਦੇ ਨਾਲ, ਕਾਠੀ ਦੇੜ ਤੇ ਹਜ਼ਾਰ, ਮੈਂ ਬਲਿਹਾਰੀ ਵੇ ਮਾਂ ਦੇ ਸੁਰਜਣਾ, ਮਾਂ ਦੇ ਸੁਰਜਣਾ। ਹੁਣ ਮੱਲਾ ਦਾ ਅਰਥ ਹੈ ਤਕੜੇ ਸਰੀਰ ਵਾਲਾ, ਸੋਂਦੀ ਦਾ ਮਤਲਬ ਹੋਰ ਵੀ ਸੋਹਣੀ ਲੱਗਦੀ, ਕਾਠੀ ਜਿਹੜੀ ਹੈ ਉਹ ਘੋੜੀ ਉੱਪਰ ਚਮੜੇ ਦੀ ਜਿਹੜੀ ਬੈਠਣ ਵਾਲੀ ਸੀਟ ਹੁੰਦੀ ਹੈ ਉਹਨੂੰ ਕਿਹਾ ਗਿਆ। ਬਲਿਹਾਰੀ ਦਾ ਮਤਲਬ ਬਲਿਹਾਰ ਜਾਣਾ, ਕੁਰਬਾਨ ਜਾਣਾ, ਠੀਕ ਹੈ। ਸੁਰਜਣਾ ਮਤਲਬ ਸੋਹਣਾ ਤੇ ਸੱਜਣ ਪੁੱਤਰ ਜਿਹੜਾ ਹੈ। ਹੁਣ ਮੁੰਡੇ ਦਾ ਵਿਆਹ ਹੋ ਰਿਹਾ ਤੇ ਉਹ ਘੋੜੀ ਉੱਪਰ ਬੈਠਾ, ਤੇ ਮੁੰਡੇ ਦੀ ਮਾਂ ਉਹਨੂੰ ਕਹਿੰਦੀ ਹੈ ਵੀ ਮੁੰਡੇ ਤੇਰੀ ਘੋੜੀ ਬਹੁਤ ਸੋਹਣੀ ਹੈ ਤੇ ਕਾਠੀ ਇਹਦੇ ਨਾਲ ਉਹ ਹੋਰ ਵੀ ਸੋਹਣੀ ਲੱਗ ਰਹੀ ਹੈ। ਕਾਠੀ ਇਹਦੀ ਕੀਮਤ 1,500 ਹੈ, ਮੇਰੇ ਸੱਜਣ ਪੁੱਤਰ, ਮੈਂ ਤੇਰੇ ਤੇ ਕੁਰਬਾਨੀਆਂ ਵਾਰੀ ਜਾਂਦੀ ਹੈ। ਸੁਰਜਣਾ ਵਿੱਚ ਬਾਗਾਂ ਦੇ ਤੁਸੀਂ ਆਇਓ, ਚੋਟ ਨਗਾਰਿਆਂ ਤੇ ਲਾਇਓ, ਖਾਣਾ ਰਾਜਿਆਂ ਦੇ ਖਾਇਓ, ਮੈਂ ਬਲਿਹਾਰੀ ਵੇ ਮਾਂ ਦਿਆਂ ਸੁਰਜਣਾ। ਮਾਂ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਉਹ ਬਰਾਤ ਲੈ ਕੇ ਬਾਗਾਂ ਦੇ ਵਿੱਚੋਂ ਹੋ ਕੇ ਆਏ ਅਤੇ ਨਗਾਰੇ ਵਜਾਉਂਦੇ ਹੋਏ ਉਸਦੀ ਬਰਾਤ ਜਾਵੇ ਅਤੇ ਉਹ ਰਾਜਿਆਂ ਦੇ ਖਾਣ ਵਾਲਾ ਖਾਣਾ ਖਾਣ, ਮੇਰੇ ਸੱਜਣ ਪੁੱਤਰ, ਮੈਂ ਤੇਰੇ ਤੇ ਕੁਰਬਾਨ ਵਾਰੀ ਜਾਂਦੀ ਹਾਂ। ਛੈਲ ਨਵਾਬਾਂ ਦੇ ਘਰ ਟੁਕੜਾ ਟੁਕੜਾ, ਉਮਰਾਵਾਂ ਦੀ ਤੇਰੀ ਚਾਲ, ਵਿਰਚ ਸਰਦਾਰਾਂ ਦੇ ਤੇਰਾ ਬੈਠਣਾ, ਮੈਂ ਬਲਿਹਾਰੀ ਵੇ ਮਾਂ ਦਿਆਂ ਸੁਰਜਣਾ। ਹੁਣ ਇੱਥੇ ਛੈਲ ਦਾ ਮਤਲਬ ਹੈਗਾ ਸੋਹਣਾ ਤੇ ਜਵਾਨ, ਟੁਕੜਾ ਦਾ ਮਤਲਬ ਪਹੁੰਚ ਕੇ ਰੁਕਣਾ, ਪਹੁੰਚ ਕੇ ਆਰਾਮ ਕਰਨਾ ਜਾਂ ਪਹੁੰਚਣਾ, ਉਮਰਾਵਾਂ ਦਾ ਅਰਥ ਹੈ ਅਮੀਰਾਂ, ਠੀਕ ਹੈ, ਤੇ ਸਰਦਾਰਾਂ ਦਾ ਅਰਥ ਹੈ ਵੱਡੇ ਲੋਕ। ਤੇ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਹੈ ਮੇਰੇ ਗੱਭਰੂ ਜਵਾਨ ਪੁੱਤਰ, ਤੂੰ ਨਵਾਬਾਂ ਦੇ ਅਮੀਰ ਲੋਕਾਂ ਦੇ ਘਰ ਜਿਹੜਾ ਹੈਗਾ ਉਹ ਟੁਕੜਾ ਹੈਗਾ ਤੂੰ ਉਹਨਾਂ ਦਾ, ਠੀਕ ਹੈ, ਤੇਰੀ ਚਾਲ ਵੀ ਅਮੀਰਾਂ ਵਰਗੀ ਹੈਗੀ ਹੈ, ਤੇਰਾ ਉੱਠਣਾ ਬੈਠਣਾ ਵੀ ਸਰਦਾਰਾਂ ਦੇ ਵਿੱਚ ਹੈਗਾ ਹੈ, ਮੇਰੇ ਸੱਜਣ ਪੁੱਤਰ, ਮੈਂ ਤੇਰੇ ਤੇ ਕੁਰਬਾਨ ਜਾਂਦੀ ਹਾਂ। ਅਗਲਾ, ਚੀਰਾ ਤੇਰਾ ਵੇ ਮੱਲਾ ਸੋਹਣਾ, ਸੋਹਣਾ ਸੋਂਦਾ ਕਲਗੀਆਂ ਦੇ ਨਾਲ, ਕਲਗੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ ਵੇ ਮਾਂ ਦਿਆਂ ਸੁਰਜਣਾ। ਹੁਣ ਇੱਥੇ ਚੀਰਾ ਦਾ ਅਰਥ ਹੈ ਦਸਤਾਰ ਜਾਂ ਪੱਗ, ਮੱਲਾ ਮਤਲਬ ਤਕੜਾ ਮੁੰਡਾ, ਠੀਕ ਹੈ, ਤੇ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਹੈ ਵੀ ਪੁੱਤਰ ਤੇਰੀ ਦਸਤਾਰ ਤੇਰੀ ਪੱਗ ਬਹੁਤ ਸੋਹਣੀ ਹੈ ਅਤੇ ਕਲਗੀ ਦੇ ਨਾਲ ਉਹ ਹੋਰ ਵੀ ਵਧੀਆ ਲੱਗ ਰਹੀ ਹੈ, ਸੋਹਣੀ ਲੱਗ ਰਹੀ ਹੈ, ਤੇ ਕਲਗੀ ਦੀ ਕੀਮਤ 1,500 ਹੈ, ਮੇਰੇ ਸੱਜਣ ਪੁੱਤਰ, ਮੈਂ ਤੇਰੇ ਤੇ ਕੁਰਬਾਨ ਜਾਂਦੀ ਹਾਂ। ਕੈਂਠਾ ਤੇਰੇ ਵੇ ਤੇਰਾ ਵੇ ਮਲ ਸੋਹਣਾ, ਸੋਹਣਾ ਸੋਂਦਾ ਜੁਗਨੀਆਂ ਦੇ ਨਾਲ, ਜੁਗਨੀ 1,500, ਮੈਂ ਬਲਿਹਾਰੀ ਵੇ ਮਾਂ ਦਿਆਂ ਸੁਰਜਣਾ। ਹੁਣ ਕੈਂਠਾ ਜਿਹੜਾ ਗਲ ਵਿੱਚ ਪਾਉਣ ਵਾਲਾ ਗਹਿਣਾ ਹੁੰਦਾ ਹੈ, ਤੇ ਜੁਗਨੀ ਵੀ ਗਹਿਣਾ ਹੀ ਹੁੰਦੀ ਹੈ ਗਲ ਵਿੱਚ ਪਾਉਣ ਵਾਲਾ, ਤੇ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਹੈ ਮੇਰਾ ਮੱਲਾ ਤੇਰਾ ਕੈਂਠਾ ਬਹੁਤ ਸੋਹਣਾ ਹੈ ਤੇ ਜੁਗਨੀ ਦੇ ਨਾਲ ਉਹ ਹੋਰ ਵੀ ਸੋਹਣਾ ਲੱਗ ਰਿਹਾ, ਜੁਗਨੀ ਦੀ ਕੀਮਤ 1,500 ਹੈ, ਮੇਰੇ ਪੁੱਤਰ, ਮੈਂ ਤੇਰੇ ਤੇ ਬਲਿਹਾਰ ਜਾਂਦੀਆਂ ਜਾਂ ਵਾਰੀ ਜਾਂਦੀਆਂ। ਜਾਮਾ ਤੇਰਾ ਵੇ ਮੱਲਾ ਸੋਹਣਾ, ਸੋਹਣਾ ਸੋਂਦਾ ਤੜੀਆਂ ਦੇ ਨਾਲ, ਤੜੀਆਂ 1,500, ਮੈਂ ਬਲਿਹਾਰੀ ਵੇ ਮਾਂ ਦਿਆਂ ਸੁਰਜਣਾ। ਹੁਣ ਜਾਮਾ ਮਤਲਬ ਪਹਿਰਾਵਾ, ਠੀਕ
ਠੀਕ ਹੈ, ਇੱਥੇ ਜਾਮੇ ਦਾ ਅਰਥ ਹੈ ਮੁੰਡੇ ਦਾ ਕੁੜਤਾ ਜਿਹੜਾ ਹੈ, ਤੇ ਮਾਂ ਪੁੱਤਰ ਨੂੰ ਕਹਿੰਦੀ ਹੈ ਤੇਰਾ ਕੁੜਤਾ ਬਹੁਤ ਸੋਹਣਾ ਹੈ ਅਤੇ ਤੜੀਆਂ ਦੇ ਨਾਲ ਉਹ ਹੋਰ ਵੀ ਸੋਹਣਾ ਲੱਗ ਰਿਹਾ ਹੈ, ਇਸ ਨੂੰ 1,500 ਤੜੀਆਂ ਲੱਗੀਆਂ ਹੋਈਆਂ ਹਨ, ਮੈਂ ਮੇਰੇ ਪੁੱਤਰ ਮੈਂ ਤੇਰੇ ਤੇ ਬਲਿਹਾਰ ਜਾਂਦੀ ਹਾਂ। ਸੁਰਜਣਾ ਵਿੱਚ ਵਿੱਚ ਬਾਗਾ ਦੇ ਤੁਸੀਂ ਆਇਓ, ਚੋਟ ਨਗਾਰਿਆਂ ਤੇ ਲਾਇਓ, ਖਾਣਾ ਰਾਜਿਆਂ ਦੇ ਖਾਇਓ, 30 ਸਰਦਾਰਾਂ ਦੀ ਵਿਆਹ ਲਿਆਇਓ, 6 ਨਵਾਬਾਂ ਦੇ ਘਰ ਟੁਕਣਾ। ਤੇ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਹੈ ਮੇਰੇ ਪੁੱਤਰ ਤੂੰ ਬਾਗਾ ਵਿੱਚੋਂ ਆਣਾ ਹੈਗਾ, ਨਗਾਰੇ ਵਜਾਉਂਦੇ ਹੋਏ ਬਰਾਤ ਲੈ ਕੇ ਜਾਣਾ ਹੈ, ਰਾਜਿਆਂ ਵਾਲਾ ਖਾਣਾ ਖਾਣਾ ਹੈਗਾ, ਸਰਦਾਰਾਂ ਦੀ ਧੀ ਵਿਆਹ ਕੇ ਲਿਆਉਣੀ ਹੈ ਤੇ ਨਵਾਬਾਂ ਦੇ ਘਰ ਤੁਸੀਂ ਟੁਕਣਾ ਹੈ। ਠੀਕ ਹੈ, ਤੇ ਇਹ ਸੀਗੀ ਡਿਸਕਸ਼ਨ। ਹੁਣ ਆਪਾਂ ਚਰਚਾ ਕਰਦੇ ਹਾਂ ਇਸ ਲੋਕ ਗੀਤ ਦੇ ਪ੍ਰਸ਼ਨ ਉੱਤਰ ਬਾਰੇ ਚਰਚਾ। ਪਹਿਲਾ ਹੈ ਮੈਂ ਬਲਿਹਾਰੀ ਵੇ ਮਾਂ ਦੇ ਆ ਸੁਰਜਣਾ ਕੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਸਿਫਤ ਕਿਵੇਂ ਕੀਤੀ ਗਈ ਹੈ, ਸਿਫਤ ਮਤਲਬ ਪ੍ਰਸ਼ੰਸਾ ਜਾਂ ਵਡਿਆਈ। ਉੱਤਰ ਮੈਂ ਬਲਿਹਾਰੀ ਵੇ ਮਾਂ ਦੇ ਆ ਸੁਰਜਣਾ ਕੋੜੀ ਵਿੱਚ ਸਜੀ ਹੋਈ ਕੋੜੀ ਤੇ ਚੜੇ ਵਿਆਂਦਰ ਮੁੰਡੇ ਦੀ ਸਿਫਤ ਹੈ, ਉਸਦੀ ਚਾਲ ਅਮੀਰਾਂ ਵਾਲੀ ਹੈ ਤੇ ਉਸਦਾ ਸਰਦਾਰਾ ਵਿੱਚ ਉੱਠਣਾ ਬੈਠਣਾ ਹੈ, ਉਸ ਦੇ ਗਲ ਵਿੱਚ ਜੁਗਨੀਆਂ ਦੇ ਨਾਲ ਕੈਂਠਾ ਸੋਹਣਾ ਲੱਗਦਾ ਹੈ, ਉਸਨੇ ਨਵਾਬਾਂ ਦੇ ਘਰ ਟੁਕਣਾ ਹੈ ਤੇ ਸਰਦਾਰਾ ਦੀ ਧੀ ਵਿਆਹ ਕੇ ਲਿਆਉਣੀ ਹੈ। ਦੂਜਾ ਮੈਂ ਬਲਿਹਾਰੀ ਵੇ ਮਾਂ ਦੀਆਂ ਸੁਰਜਣਾ ਕੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਹਿਰਾਵੇ ਬਾਰੇ ਕੀ ਕੁਝ ਕਿਹਾ ਗਿਆ ਹੈ। ਉੱਤਰ ਇਸ ਕੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਹਿਰਾਵੇ ਨੂੰ 1,500 ਤੜੀਆਂ ਦੇ ਨਾਲ ਬਣਿਆ ਦੱਸਿਆ ਗਿਆ ਹੈ, ਉਸਦੇ ਸਿਰ ਤੇ ਕਲਗੀਆਂ ਦੇ ਨਾਲ ਸਜਾਇਆ ਸੁੰਦਰ ਚੀਰਾ ਹੈ, ਉਸਦੇ ਗਲ ਵਿੱਚ ਜੁਗਤੀਆਂ ਨਾਲ ਸਜਿਆ ਕੈਂਠਾ ਹੈ। ਤੀਜਾ ਮੈਂ ਬਲਿਹਾਰੀ ਵੇ ਮਾਂ ਦੀਆਂ ਸੁਰਜਣਾ ਕੋੜੀ ਵਿੱਚ ਕਿਸ ਸ਼ਾਨ ਨਾਲ ਜੰਜ ਚੜਨ ਲਈ ਕਿਹਾ ਗਿਆ ਹੈ। ਉੱਤਰ ਇਸ ਕੋੜੀ ਵਿੱਚ ਲਾੜੇ ਨੂੰ ਜਾਂ ਵਿਆਹੰਦਰ ਮੁੰਡੇ ਨੂੰ ਬੜੀ ਸ਼ਾਨ ਨਾਲ ਜੰਜ ਚੜਨ ਲਈ ਕਿਹਾ ਗਿਆ ਹੈ, ਕਿਉਂਕਿ ਉਹਨਾਂ ਨੇ ਨਵਾਬਾਂ ਦੇ ਘਰ ਟੁਕਣਾ ਹੈ ਅਤੇ ਇਸ ਲਈ ਉਹ ਵੀ ਪੂਰੇ ਸ਼ਾਨ ਨਾਲ ਨਗਾਰੇ ਵਜਾਉਂਦੇ ਹੋਏ ਜਾਣ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਪ੍ਰਸ਼ਨ ਉੱਤਰ ਤੇ ਲੋਕ ਗੀਤ ਤੁਹਾਨੂੰ ਸਮਝ ਆ ਗਏ ਹੋਣਗੇ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਦੇ ਹਾਂ, ਟਿਲ ਦੈਨ ਟੇਕ ਕੇਅਰ, ਬਾਏ ਬਾਏ।